अधूरी हसरतों का इल्जाम हम पर लगाना ठीक नहीं वफा खुद से नहीं होती और खता हमारी कहते हो आजकल ये शायरी जो है भारत की राजनीति में बिल्कुल स्टिक बैठ रही है थानू मैं दस दे चल कि चुनाव चुनावों लैके हर एक लीडर अपने आराम देखते दे हुए या अपने उज्ज्वल भविख्यू देखते दे हुए ਕਦੇ ਕਿਸੇ ਪਾਰਟੀ ਦੇ ਵਿੱਚ ਕਦੇ ਕਿਸੇ ਪਾਰਟੀ ਦੇ ਵਿੱਚ ਜਾ ਰਿਹਾ ਪੰਜਾਬੀ ਦੇ ਵਿੱਚ ਇੱਕ ਗੀਤ ਵੀ ਹੈ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਸੋ ਅੱਜ ਇਸ ਤਿਤਲੀਆਂ ਤੇ ਉੱਤੇ ਚਰਚਾ ਕਰਨ ਵਾਸਤੇ ਆਪਾਂ ਸਟੂਡੀਓ 'ਚ ਅੱਜ ਮੁੱਖ ਮਹਿਮਾਨ ਬੁਲਾਏ ਨੇ ਪ੍ਰੋਫੈਸਰ ਮਨੋਜ ਕਪੂਰ ਜੀ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਚੱਲਾਂ ਕਿ ਪ੍ਰੋਫੈਸਰ ਮਨੋਜ ਕਪੂਰ ਜੀ ਕੈਮਿਸਟਰੀ ਦੇ ਪ੍ਰੋਫੈਸਰ ਨੇ ਨਾਲ ਦੇ ਨਾਲ ਇੱਕ ਚੰਗੇ ਸਮਾਜ ਸੇਵਕ ਵੀ ਨੇ ਇਹ ਨਾ ਜਾਣੇ ਕਿੰਨੇ ਆਈਐਸ ਆਈਪੀਐਸ ਅਫਸਰ ਇਨਾਂ ਨੇ ਬੜਾਏ ਨੇ ਜੋ ਕਿ ਅੱਜ ਇਸ ਸਮਾਜ ਦੇ ਵਿੱਚ ਰਾਸ਼ਟ ਦੇ ਵਿੱਚ ਕੰਮ ਕਰ ਰਹੇ ਨੇ ਤੇ ਇਸ ਦੇ ਨਾਲ ਨਾਲ ਕਈ ਡਾਕਟਰ ਕਈ ਇੰਜੀਨੀਅਰ ਦੇ ਜਨਕ ਵੀ ਕਹੇ ਜਾਂਦੇ ਨੇ ਅੱਜ ਅਸੀਂ ਇਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਫਰਸਟ ਟਾਈਮ ਵੋਟਰਸ ਨੇ ਜਾਂ ਜਿਹੜੇ ਸਮਾਜ ਦੇ ਵਿੱਚ ਜਾਗਰੂਕ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਸਵਾਲ ਉੱਠਦੇ ਨੇ ਕਿ ਆਖਿਰਕਾਰ ਕਿਉਂ ਲੀਡਰ ਕਦੇ ਇਸ ਫੁੱਲ ਤੇ ਤੇ ਕਦੇ ਉਸ ਫੁੱਲ ਤੇ ਚੱਲ ਜਾਂਦੇ ਕਿਉਂ ਇਹ ਤਿਤਲੀਆਂ ਵਰਗਾ ਰੋਲ ਜਿਹੜਾ ਪਲੇ ਕਰ ਰਹੇ ਨੇ ਸਰ ਤੁਹਾਡੇ ਕੋਲ ਆਂਦੇ ਆ ਤੇ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਸਿੱਧਾ ਹੀ ਹੈ ਕਿ ਦਲ ਬਦਲ ਦੀ ਰਾਜਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਦਲ ਬਦਲ ਲੋਕ ਹਮੇਸ਼ਾ ਨੈਗੇਟਿਵ ਨਹੀਂ ਲਿਤਾ ਜਾ ਸਕਦਾ ਹਾਲਾਤ ਦੇਖਨੇ ਪੈਣੇ ਦੂਸਰਾ ਸਮਾਜ ਨੂੰ ਵੀ ਦੇਖਣਾ ਪੈ ਦੇਖੋ ਨੇਤਾ ਸਮਾਜ ਤੋਂ ਆਉਂਦੇ ਕਹਿੰਦੇ ਨਾ ਜੈਸਾ ਰਾਜਾ ਵੈਸੀ ਪ੍ਰਜਾ ਜੈਸੀ ਪ੍ਰਜਾ ਵੈਸਾ ਰਾਜਾ ਉਹ ਕਿਸੇ ਜ਼ਮਾਨੇ ਚ ਲੜਕੀ ਦਾ ਵਿਆਹ ਹੁੰਦਾ ਸੀ ਤੇ ਮਾਪੇ ਕਹਿੰਦੇ ਸੀ ਬੇਟਾ ਉਸ ਘਰ ਚੋਂ ਤੇਰੀ ਅਰਥੀ ਨਿਕਲਣੀ ਚਾਹੀਦੀ ਜੀ ਉਹਨਾਂ ਅਗਰ ਕੁੜੀ ਦਾ ਵਿਆਹ ਹੁੰਦਾ ਕਿ ਧਰ ਦੇ ਕਿੰਦੇ ਪੁੱਤਰ ਤੋਂ ਆਪਣੇ ਪੈਰਾ ਦੇ ਖੜੀ ਹੈ ਜੀ ਜੇ ਤੈਨੂੰ ਕੋਈ ਤੰਗ ਕਰੇ ਜਾਂ ਫਿਰ ਦਮ ਘੁੱਟੇ ਤਾਂ ਘਰ ਛੱਡ ਕੇ ਆ ਜੀ ਤੂੰ ਆਪਣਾ ਗੁਜ਼ਾਰਾ ਕਰ ਸਕਦੀ ਹੈ ਤੇ ਜੇ ਕਿਸੇ ਕਿਸੇ ਪਾਰਟੀ ਦਮ ਘੁੱਟਦਾ ਜੀ ਜਾਂ ਝਗੜਾ ਹੁੰਦਾ ਉਸਕੇ ਛੱਡਦਾ ਸਿਰਫ ਫਾਇਦੇ ਲਈ ਛੱਡਦਾ ਤਾਂ ਗਲਤ ਹੈ ਪਰ ਜੇ ਦਮ ਘੁੱਟ ਰਿਹਾ ਨਾ ਮੁਸ਼ਕਲ ਹੋ ਰਿਹਾ ਤੇ ਉਹ ਛੱਡਦਾ ਮੇਰੇ ਖਿਆਲ ਸੇ ਗਲਤ ਨਹੀਂ ਕਿਉਂਕਿ ਸਮਾਜ ਨੂੰ ਸੈਪਟ ਕਰਦਾ ਹੈ ਦੂਸਰੀ ਗੱਲ ਦੋ ਪਰਾ ਇੱਕ ਖਰਚ ਜੰਮੇ ਪਲੇ ਵੱਡੇ ਹੁੰਦੇ ਆ ਤੇ ਵੱਖਰੇ ਵੱਖਰੇ ਹੋ ਜਾਂਦੇ ਜੀ ਇਹ ਤਾਂ ਕੇ ਤੇ ਸਮਝਾਤ ਕਿਸੇ ਨਾਲ ਗੱਲ ਤੋਂ ਇੰਦਰ ਠੀਕ ਹੈ ساری ਦੁਨੀਆ ਬਖਰੀਂ ਦੀ ਜੇ ਦੋ ਭਰਾ ਵੱਖਰੇ ਹੋ ਸਕਦੇ ਨੇ ਤਾਂ ਪਾਰਟੀ ਤੋਂ ਬੰਦਾ ਵੀ ਦੱਸਦਾ ਜੀ ਠੀਕ ਹੈ ਹੋਰ ਸੁਣੋ ਉਹ ਮੈਂ ਸਿਰਫ ਮੈਂ ਨਹੀਂ ਮੈਂ ਬਦਸਤੀ ਭਾਈ ਨਹੀਂ ਕਰ ਰਿਹਾ ਕਿਤੇ ਕਿਤੇ ਟੈਕਸੀ ਫਾਰਮ ਚ ਬੋਲੂਗਾ ਪਰ ਇੱਕ ਦੇਖੋ ਨਾ ਸਾਡੀ ਫਿਤਰਤ ਕੀ ਹੈ ਅਗਰ ਅਸੀਂ ਲਾਈਨਾਂ ਲੱਗੇ ਕਾਰਾਂ ਦੀ ਲਾਈਨਾਂ ਲੱਗੀਆਂ ਠੀਕ ਹੈ ਪਰ ਸਾਨੂੰ ਥੋੜਾ ਜ਼ਿਆਦਾ ਰਸਤਾ ਮਿਲਦੇ ਰਸਤਾ ਮਿਲਦੇ ਅਸੀਂ ਆਪਣੀ ਗੱਡਾ ਛੱਡ ਕੇ ਕਿਤੇ ਦੂਜੇ ਪਾਸੇ ਪੜ ਲੈਂਦੇ ਗਲਤ ਕਰਕੇ ਠੀਕ ਹੈ ਮੰਦਰ ਦੇ ਲਾਈਨਾਂ ਆਮ ਤੌਰ ਤੇ ਅਸੀਂ ਚੋੜੂ ਰੋਕ ਕੇ ਅੱਗੇ ਅੱਗੇ ਵਧ ਜਨ ਨੇ ਜੀ ਠੀਕ ਹੈ ਸੋ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਸਿੱਧੇ ਤਰੀਕੇ ਨਾਲ ਜਾਂ ਪੁੱਠੇ ਤਰੀਕੇ ਨਾਲ ਤੇ ਰਾਜ ਨੇ ਜਦ ਵੀ ਸਾਡੇ ਚੋਈਆਂ ਅਗੋ ਅੱਗੇ ਵਧਣਾ ਚਾਹੁੰਦੇ ਹੈ ਜੇ ਸਾਡਾ ਠੀਕ ਹੈ ਮੈਨੂੰ ਕਹਿੰਦੇ ਠੀਕ ਹੈ ਪਰ ਮਿਲ ਜੇ ਸਾਡਾ ਠੀਕ ਹੈ ਉਹਨਾਂ ਦਾ ਵੀ ਠੀਕ ਹੈ ਤੇ ਰਾਜਨੀਤੀ ਹੈ ਇਹ ਰਾਜਨੀਤੀ ਹੈ ਸੋ ਪ੍ਰੋਫੈਸਰ ਸਾਹਿਬ ਨੇ ਵੱਡੀ ਗੱਲ ਕਹੀ ਹੈ ਕਿ ਜੇ ਮੰਦਰ ਦੇ ਲਾਈਨ ਦੇ ਵਿੱਚ ਵੀ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਫਿਰ ਜਦ ਧੀ ਦਾ ਵਿਆਹ ਹੋ ਜਾਂਦਾ ਧੀ ਆਪਣੇ ਸਹੁਰਿਆਂ ਦੇ ਚਲ ਜਾਂਦੀ ਹੈ ਪਹਿਲਾਂ ਜਵਾਨੇ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਸੀ ਕਿ ਉੱਥੋਂ ਤੁਹਾਡੀ ਅਰਥੀ ਆਵੇਗੀ ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਸਿੱਧਾ ਕਹਿ ਕੇ ਭੇਜਦੇ ਜੇ ਧੀਏ ਤੇਰਾ ਉੱਥੇ ਦਮ ਘੁਟੇਗਾ ਮੁੜਿਆਈ ਸੋ ਸਮਾਜ ਦੇ ਵਿੱਚ ਪਰਿਵਰਤਨ ਆ ਰਿਹਾ ਸਮਾਜ ਦੀ ਸੋਚ ਦੇ ਵਿੱਚ ਪਰਿਵਰਤਨ ਆ ਰਿਹਾ ਬੱਤੀ ਗੱਲ ਕਹਿ ਰਹੇ ਨੇ ਜੇ ਆਪਾਂ ਗੱਲ ਕਰੀਏ ਸਰ ਰਾਜਨੀਤੀ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਸਿਧਾਂਤਾਂ ਦੀ ਲੜਾਈ ਹੁੰਦੀ ਹੈ ਇੱਕ ਸੋਚ ਦੀ ਲੜਾਈ ਹੁੰਦੀ ਹੈ ਕੋਈ ਆਪਸੀ ਲੜਾਈ ਨਹੀਂ ਹੁੰਦੀ ਹੈ ਜੇ ਲੀਡਰ ਇਹਦਾ ਦਲ ਬਦਲ ਲੈਣਗੇ ਤੇ ਉਹ ਸਿਧਾਂਤ ਕਿੱਥੇ ਜਾਣਗੇ ਉਹ ਜਿਹੜੇ ਵਿਚਾਰ ਨੇ ਉਹ ਕਿੱਥੇ ਜਾਣਗੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਖੁਸ਼ੀ ਹੋਈ ਤੁਸੀਂ ਕੁਐਸਚਨ ਕਰ ਰਹੇ ਹੋ ਕਿ ਸਿਧਾਂਤਾਂ ਦੀ ਲੜਾਈ ਹੁੰਦੀ ਹੈ ਜੀ ਸਿਧਾਂਤ ਹੈਗੇ ਅਕੀ ਕਿਸੇ ਪਾਰਟੀ ਦੀ ਪਾਰਟਿਕੂਲਰ ਆਈਡੀਓਲੋਜੀ ਨਹੀਂ ਦੂਸਰੀ ਦੀ ਅਲੱਗ ਡੈਅ ਆਈਡੀਓਲੋਜੀ ਉਹ ਤਾਂ ਆਈਡੀਓਲੋਜੀ ਮਿਕਸ ਕਰ ਸਕੀ ਜੀ ਹੁਣ ਆਈਡੀਓਲੋਜੀ ਬਹੁਤ ਘੱਟ ਬਚੀ ਹੈ ਕੁਝ ਪਾਰਟੀਆਂ ਬਚੀ ਠੀਕ ਹੈ ਉਸ ਕੇਸ ਅਗਰ ਲੋਕੀ ਉਸ ਆਈਡੀਓਲੋਜੀ ਤੋਂ ਹਟਦੇ ਹੈ ਤਾਂ ਇਹ ਪਬਲਿਕ ਹੈ ਸਭ ਜਾਣਦੀ ਹੈ ਜੇ ਆਪਣੀ ਆਈਡਿਓਲੋਜੀ ਛੱਡ ਕੇ ਤੁਸੀਂ ਪਾ ਜਾਓਗੇ ਲੋਕੀ ਤੁਹਾਨੂੰ ਹਰਾ ਦੇਣਗੇ ਰਾਜਨੀਤਿਕ ਬੰਦਾ ਆਪਣੇ ਆਪ ਕੁਛ ਨਹੀਂ ਹੈ ਉਹ ਪਬਲਿਕ ਕਰਕੇ ਜੋ ਦਲ ਬਦਲਦਾ ਤੇ ਲੋਕੀ ਸੋਚਦੇ ਨੇ ਠੀਕ ਕੀਤਾ ਤਾਂ ਜਿੱਤ ਜਾਏਗਾ ਲੋਕੀ ਸੋਚਦੇ ਨੇ ਗਲਤ ਕੀਤਾ ਹਾਰ ਜਾਏਗਾ ਉਹ ਇੱਕ ਨੇਤਾ ਆ ਨਾਮ ਮਹਿਲਾ ਹੀ ਦਿੰਦਾ ਜੀ ਦਾ ਰਾਮਬिलास पासवान ਜੀ ਇੱਕ ਨੇਤਾ ਬਿਲਕੁਲ ਬਹੁਤ ਸਾਰੇ ਵੱਡੇ ਐਗਜ਼ਾਮਪਲ ਰਹੇ ਹੈ ਜਿਹੜੀ ਸਰਕਾਰ ਆਈ ਉਹਦੇ ਨਾਲ ਚੱਲੇ ਨਹੀਂ ਸ਼ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਚਲਾ ਕਿ ਰਾਮਬिलास पासवान ਜੀ ਰਾਜਨੀਤੀ ਦੇ ਇੱਕ ਵੱਡੇ ਕੱਦਾਵਰ ਲੀਡਰ ਰਹੇ ਬਹੁਤ ਗਿਆਨੀ ਮੌਸਮ ਗਿਆਨੀ ਯਸ ਯਾ ਰਾਈਟ ਜਿਹੜੀ ਪਾਰਟੀ ਜਿੱਤੀ ਸੀ ਜਿਸ ਸਰਕਾਰ ਬੰਦੀ ਸੀ ਉਹਦੇ ਨਾਲ ਆ ਕੇ ਮੰਤਰੀ ਬਣਨ ਦੀ ਸੀ ਹੁਣ ਹਰੇਕ ਨੂੰ ਪਤਾ ਹੈ ਕਿ ਮੌਕੇ ਤੇ ਅਗਰ ਸ਼ਿਫਟ ਕਰਾਂਗੇ ਸਾਡੇ ਕੋ ਪਾਵਰ ਆਏਗੀ ਪਾਵਰ ਆਏਗੀ ਪਾਵਰ ਦਾ ਮਤਲਬ ਸਿਰ ਪਾਵਰ ਨਹੀਂ ਹੈ ਪਾਵਰ ਆਏਗੀ ਲੋਕ ਇਹ ਵਿਸਵਸਾ ਜਨਕੀ ਮੈਂ ਲੋਕਾਂ ਦਾ ਫਾਇਦਾ ਨਹੀਂ ਕਰ ਸਕਦਾ ਰਾਈਟ ਠੀਕ ਹੈ ਇਸ ਕਰਕੇ ਉਹ ਬਦਲ ਆਪਣੇ ਜ਼ਿੰਦਗੀ ਦੇ ਲੰਬੇ ਸਮਾਂ ਉਹਨਾਂ ਨੇ ਇਹ ਕਿਹਾ ਵੀ ਜਾਂਦਾ ਸੀ ਕਿ ਸੈਂਟਰ ਚ ਸਰਕਾਰ ਕੋਈ ਵੀ ਬਣੇ ਪਰ ਸੈਂਟਰਲ ਮਿਨਿਸਟਰ ਰਾਮਲਾਸ ਪਾਸਵਾ ਜੀ ਜਰੂਰ ਬਣਨਗੇ ਬਤਨ ਬਹੁਤ ਦਸਨਾ ਚਾਹਨਾ ਹੁਣ ਮੈਂ ਸਮਾਜ ਚਰਨ ਜਿਹੜੇ ਕਟਰ ਵਰਕਰ ਹੈ ਨਾ ਇਹ ਧਿਆਨ ਨਾਲ ਸੋਚੋ ਜਿਹੜਾ ਕਟਰ ਵਰਕਰ ਜਿਹੜਾ ਪਾਟਲੀ ਜਾਲ ਲਾਤੀ ਹੈ ਉਹ ਅੱਜ ਦੇ ਜ਼ਾਰੇ ਦਰਿਆ ਚੱਕ ਰਹੇ ਹੈ ਜਾਂ ਨਾਰੇ ਲਾ ਰਹੇ ਹੈ ਤੇ ਜਿਹੜੇ ਬਦਲ ਕੇ ਆਂਦੇ ਹੋ ਇਕਦਮ ਵਾਈਸ ਕਰ ਜਾਂਦੇ ਸੋ ਸਾਰਿਆਂ ਨੂੰ ਸ਼ਾਰਟਕਟ ਪਤਾ ਲੱਗ ਚੁੱਕਾ ਸੋ ਇਸ ਤਰ੍ਹਾਂ ਕੇ ਕਮਿਟਮੈਂਟ ਆਂਦੀ ਚੀਜ਼ ਘਟ ਰਹੀ ਹੈ ਹਾਲਿਓ ਇੱਕ ਘਰ ਵਾਪਸੀ ਦਾ ਟ੍ਰੇਨ ਚੱਲ ਪਿਆ ਸਰ ਪਾਰਟੀ 'ਚ ਬੰਦਾ ਕੰਮ ਕਰਦਾ ਹੈ ਪਾਰਟੀ ਉਹਨੂੰ ਇਗਨੋਰ ਕਰਦੀ ਹੈ ਬੰਦਾ ਪਾਰਟੀ ਚੇਂਜ ਕਰਕੇ ਦੂਜੀ ਪਾਰਟੀ 'ਚ ਜਾਂਦਾ ਉਹਨੂੰ ਟਿਕਟ ਵੀ ਮਿਲ ਜਾਂਦੀ ਹੈ ਮੁੜ ਬੰਦਾ ਵਾਪਿਸ ਘਰ ਆਉਂਦਾ ਹੈ ਤੇ ਕਹਿੰਦਾ ਮੈਂ ਘਰ ਵਾਪਸੀ ਕੀਤੀ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਥੇ ਨਹੀਂ ਇਟਸ ਨਾ ਸਾਡੇ ਕੁਝ ਬੱਚੇ ਆਈਟੀ ਜਾਂ ਇੰਜੀਨੀਅਰ ਬਲੇ ਉਹਨਾਂ ਵਰੇ ਇੱਕ ਲਾਈਨ ਬੜੀ ਮਸ਼ਹੂਰ ਹੈ ਕਿ ਜਦ ਤੇ ਸੀ ਆਪਣੀ ਕੰਪਨੀ 'ਚ ਰਹਾਂਗੇ ਰਾਈਜ਼ ਲਿਮਟਿਡ ਹੈ ਕੰਪਨੀ ਬਦਲਾਂਗੇ ਰਾਈਜ਼ਨ ਲਿਮਟਡ ਫਿਰ ਵਾਪਸ ਆ ਗਏ ਇਸ ਫਿਰ ਜਾਦਾ ਸੋ ਇਹ ਕਾਰਪੋਰੇਟ ਚੱਲ ਰਿਹਾ ਹੈ ਇਹ ਪੋਲਿਟਿਕਸ ਹੀ ਚੱਲ ਰਿਹਾ ਹੈ ਸੋ ਪੋਲਿਟਿਕਸ ਤੇ ਕਾਰਪੋਰੇਟ ਨੂੰ ਤੁਸੀਂ ਇੱਕ ਸਮਾਤੋਲ ਦੇ ਰਹੇ ਹੋ ਇੱਕ ਨਾਪ ਤੋਲ ਦੇ ਵਿਚਾਰ ਦੇ ਵਿੱਚ ਜੇ ਦੇਖੇ ਤਰਾਜੂ ਦੇ ਵਿੱਚ ਆਪਸ ਦੇ ਵਿੱਚ ਬਰਾਬਰ ਤੋਲ ਰਹੇ ਹੋ ਸਰ ਕੁਝ ਸਵਾਲ ਆਪਾਂ ਆਪਣੇ ਦਰਸ਼ਕਾਂ ਤੋਂ ਵੀ ਲਵਾਵਾਂਗੇ ਸਾਡੇ ਨਾਲ ਦਰਸ਼ਕ ਵੀ ਜੁੜੇ ਹੋਏ ਨੇ ਸੋ ਸਰ ਬਾਹਰਲੇ ਦੇਸ਼ਾਂ ਵਿੱਚ ਲੋਕ ਜਿਹੜੇ ਗਏ ਹੋਏ ਨੇ ਉਹ ਇਹ ਬਦਲ ਪਾਰਟੀ ਬਦਲਣ ਵਾਲੇ ਨੇਤਾ ਦੇ ਅਗੇਂਸਟ ਹੋਏ ਪਏ ਨੇ ਸਾਰੇ ਕੀ ਉਹ ਸਹੀ ਨੇ ਦੇਖੋ ਸਹੀ ਵੀ ਕਹਿ ਸਕਦੇ ਆ ਲੇਕਿਨ ਮੈਂ ਕਹਿਣਾ ਚਾਹੂੰਗਾ ਜਿਹੜੇ ਬੱਚੇ ਲੋਕ ਬਾਹਰ ਗਏ ਉਹ ਕਿਉਂ ਗਏ ਉਹ ਆਪਣੇ ਦੇਸ਼ ਤੋਂ ਗਏ ਆ ਆਪਣਾ ਘਰ ਪਰਿਵਾਰ ਛੱਡ ਕੇ ਗਏ ਮਾਪੇ ਛੱਡ ਕੇ ਗਏ ਉਹ ਕਿਉਂ ਗਏ ਬੈਟਰ ਰੋਜ਼ਗਾਰ ਦੀ ਤਲਾਸ਼ ਉਹ ਨੇਤਾ ਵੀ ਸਟੈਂਡ ਲੈ ਰਹੇ ਆ ਕਿ ਮੇਰਾ ਇੱਧਰ ਬੈਟਰ ਰੋਜ਼ਗਾਰ ਸੇ ਮੈਂ ਸ਼ਿਫਟ ਹੋ ਜੀ ਸਰ ਥੈਂਕ ਯੂ ਸਰ ਸਰ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਸਾਡੇ ਵੋਟਰਸ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਆਖਿਰਕਾਰ ਕਿਉਂ ਜਿਹੜੇ ਲੀਡਰ ਨੇ ਉਹ ਇਲੈਕਸ਼ਨ ਟਾਈਮ ਦੇ ਵਿੱਚ ਇਹ ਪਾਰਟੀ ਬਦਲਦੇ ਨੇ ਇਸ ਦੇ ਪਿੱਛੇ ਕੀ ਕੁਝ ਕਾਰਨ ਮੰਨਦੇ ਹੋ ਜਾਂ ਲੋਕ ਸਭਾ ਚੋਣਾਂ ਹੋਣ ਜਾਂ ਫਿਰ ਵਿਧਾਨ ਸਭਾ ਦੀਆਂ ਚੋਣਾਂ ਹੋਣ ਦੇਖੋ ਹਰ ਲੀਡਰ ਸੌਂਦਾ ਕਿ ਮੈਂ 5 ਸਾਲ ਜੇ ਕਿਸੇ ਪੋਜੀਸ਼ਨ ਤੇ ਆ 5 ਸਾਲ ਪਾਰਟਿਸਿਪ ਕੋ ਬਦਲਾ ਠੀਕ ਹੈ ਉਹਦੇ ਬਾਅਦ ਜੇ ਉਹਨੂੰ ਲੱਗਦਾ ਕਿ ਮੇਰੀ ਇਸ ਵੇਲੇ ਇਸ ਪਾਰਟੀਆਂ ਨੂੰ ਟਿਕਟ ਨਹੀਂ ਮਿਲਣੀ ਜਾਂ ਮੈਂ ਇਸ ਪਾਰਟੀ ਵੇਲੇ ਐਮਰਜੈਂਸੀ ਹੈ ਜਾਂ ਆ ਸਕਦਾ ਹੈ ਠੀਕ ਹੈ ਹਰ ਕੋ ਜਿੰਨਾ ਚਾਹੇ ਪਵਨ ਜੀ ਉਹਦਾ ਦਾਦ ਦੇਖੋ ਇਹ ਲੋਕ ਲੱਗਦਾ ਕਿ ਪਾਰਟੀ ਸਿਫਟ ਹੋ ਗਈ ਹੈ ਸ਼ਾਇਦ ਐਨਪੀਨ ਕੰਮਲਸੀ ਕਰ ਦੇ ਔਰ ਲੋਕ ਨੂੰ ਰਿਵਾਰਡ ਕਰ ਰਹੇ ਮੇਨ ਗੱਲ ਇਹ ਜਿਵੇਂ ਕਿ ਦਲ ਬਦਲ ਗਲਤ ਹੈ ਤੋ ਹਰਣਾ ਚਾਹੀਦਾ ਔਰ ਬੋਥ ਵੀ ਜਿੱਤ ਰਹੇ ਹੈ ਠੀਕ ਹੈ ਸੋ ਸੋਇਦ ਸ਼ਾਇਦ ਪਬਲੀ ਸਾਨੂੰ ਉਹ ਪੁਰਾਣੀ ਇੰਟੇਨਿੰਗ ਕੰਮਸੀ ਬਦਲ ਹੈ ਅਸੀਂ ਜਿੱਤ ਸਹੀ ਕਹਿੰਦਾ ਪਾਵਰ ਪਬਲਿਕ ਹੀ ਬਦਲ ਜਾਂਦੀ ਹੈ ਜਿਵੇਂ ਪਾਰਟੀ ਬਦਲੀ ਜਾਂਦੀ ਹੈ ਲੀਡਰ ਵੱਲੋਂ ਦੇਖੋ ਮੈਂ ਫਿਰ ਕਹਿੰਦਾ ਪਬਲਿਕ ਸਿਰਫ ਇਹ ਦੇਖਦੀ ਹੈ ਫਲਾ ਮੁੰਡਾ ਮੇਰਾ ਕੰਮ ਕਰਵਾ ਸਕਦਾ ਹੈ ਕਿ ਨਹੀਂ ਕਰਵਾ ਸਕਦਾ ਪਾਰਟੀ ਬਾਰੇ ਵੀ ਸੋਚਦੀ ਹੈ ਪਰ ਉਹ ਮੇਨ ਮਕਸਦ ਦਾ ਕੰਮ ਕਰਵਾ ਸਕਦਾ ਜ ਨਹੀਂ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਕ ਐਨਸੀ ਮੇਰੇ ਦੋਸਤ ਸੀ ਉਹ ਜੋ ਪੂ ਐਮਸੀ ਸੀਗੇ ਤੇ ਦੂਸਰੀ ਪਾਰਟੀ ਦੀ ਕਾਰਪੋਰੇਸ਼ਨ ਬਣ ਗਈ ਤੇ ਹੁਣ ਉਹ ਨੈਚੁਰਲ ਹੈ ਕਿ ਇਹ ਕਿਹਾ ਜਾਂਦਾ ਕਿ ਕੰਮ ਘੱਟ ਹੋ ਰਿਹਾ ਉਹਨਾਂ ਨੇ ਕਿਸੇ ਨੇ ਕਿਹਾ ਸਰ ਸੜਕ ਬਣਾ ਦੋ ਸਰ ਲਾਈਟ ਬੋਲ ਉਹ ਕਹਿੰਦਾ ਜੀ ਮੇਰੀ ਤਾਂ ਕੋਈ ਖਾਸ ਨਹੀਂ ਤੇ ਲੋਕੀ ਕਹਿੰਦੇ ਦੇਖੋ ਜੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਸਾਨੂੰ ਤੁਹਾਡੇ ਨਾਲ ਮਤਲਬ ਆਈ ਤੁਹਾਡੇ ਤੋਂ ਤਾਂ ਕਰਵਾਣਾ ਠੀਕ ਹੈ ਉਹ ਗੰਦੇ ਸੀ ਤੁਮ ਨੂੰ ਪਾਰਟੀ ਬਦਲਨੀ ਪਈ ਸੋ ਵੋਟਰ ਹੀ ਕਹਿ ਰਹੇ ਮਜਬੂਰ ਕਰ ਇਹ ਮੇਰੀ ਗੱਲ ਨੂੰ ਅਦਰਵਾਈਜ਼ ਨਾ ਲੋ ਇਸ ਸਮਾਜ ਵਿੱਚ ਇਦਾਂ ਹੋ ਰਿਹਾ ਠੀਕ ਹੈ ਸੋ ਇਸ ਕਰਕੇ ਗਲਤ ਜੇ ਪਾਰਟੀਆਂ ਰੈਂਚ ਕੋਈ ਮਜਬੂਰੀ ਨਾ ਹੋ ਪਾਰਟੀ ਛੱਡਣ ਦੀ ਕੋਈ ਮਜਬੂਰੀ ਨਾ ਹੋਵੇ ਫਿਰ ਪਾਰਟੀ ਛੱਡਣਾ ਗਲਤ ਠੀਕ ਹੈ ਪਰ ਜੇ ਤੁਹਾਡੇ ਕੋਈ ਮਜਬੂਰੀ ਹੈ ਜਾਂ ਪਬਲਿਕ ਤੁਹਾਡੇ ਮਗਰ ਪੈ ਰਹੀ ਹੈ ਜਸ ਸਿਚੁਏਸ਼ਨ ਬਦਲਦੀ ਹੈ ਐਡਵਰਸ ਹੋ ਰਹੀ ਹੈ ਠੀਕ ਹੈ ਜੇ ਈਡੀ ਦੇ ਡਰ ਤੋਂ ਵਿਜੀਲੈਂਸ ਦੇ ਡਰ ਤੋਂ ਪਾਰਟੀ ਬਦਲਾ ਲਈ ਜਾਵੇ ਜਾਂ ਪਾਰਟੀ ਬਦਲ ਦਿੱਤੀ ਜਾਵੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਅ ਦੇ ਕੋਈ ਕਹਿੰਦਾ ਈਡੀ ਦਾ ਡਰ ਹੈ ਕੋਈ ਕਹਿੰਦਾ ਵਿਜੀਲੈਂਸ ਦਾ ਡਰ ਹੈ ਕੋਈ ਕਹਿੰਦਾ ਮਨੀ ਪਾਵਰ ਹੈ ਠੀਕ ਹੈ ਇਹ ਵੀ ਹੋਣਾ ਹੈ ਰਾਈਟ ਪਰ ਉਹ ਜੇ ਡਰਾ ਕੇ ਕਿਸੇ ਦੀ ਪਾਰਟੀ ਬਦਲਾਈ ਜਾਵੇ ਫਿਰ ਉਹ ਟਿਕਟ ਵੀ ਦਿੱਤੀ ਜਾਵੇ ਉਹ ਤਾਂ ਡਰ ਗਿਆ ਰਾਈਟ ਇਹ ਤਾਂ ਉਹ ਅੱਗੇ ਕਿਸੇ ਇਲੈਕਸ਼ਨ ਹੁੰਦੇ ਸੀ ਨਾ ਬਹੁਤ ਸਾਰੇ ਬੰਦੇ ਨਾਮਿਨੇਸ਼ਨ ਭਰ ਦਿੰਦੇ ਸੀ ਫਿਰ ਜਾਇਆ ਜਾਂਦਾ ਸੀ ਤੂੰ ਬਹਿ ਜਾ ਬਿਠਾਣ ਜਾਏ ਜਾਂਦੇ ਸੀ ਫਿਰ ਇਦਾਂ ਦੇ ਕੈਂਡੀਜਰ ਡਰੇ ਹੋਏ ਆ ਪਰ ਬਿਠਾ ਦਿੱਤੇ ਜਾਂ ਉਹ ਰਾਈਟ ਸਾਈਡ ਉੱਥੇ ਖੜੇ ਕੰਦੀ ਕਿ ਲੋਟ ਬਹੁਤ ਵਧੀਆ ਗੱਲ ਐ ਸਖ ਇਹ ਆਪਾਂ ਫਿਰ ਆਪਣੇ ਦਰਸ਼ਕਾਂ ਵੱਲ ਚਲਾਂਗੇ ਇੱਕ ਸਵਾਲ ਹੋਰ ਆਪਾਂ ਦਰਸ਼ਕਾਂ ਚੋਂ ਲਵਾਂਗੇ ਸੋ ਸਾਡੇ ਨਾਲ ਜੁੜੇ ਹੋਏ ਨੇ ਕੀ ਨਾਮ ਜੀ ਭਾਈ ਸਾਹਿਬ ਸਰ ਮੇਰਾ ਨਾਮ ਰਾਜਕੁਮਾਰ ਹੈ ਅਚਾ ਰਾਜਕੁਮਾਰ ਜੀ ਕੀ ਕੋਈ ਸਵਾਲ ਆ ਤੁਹਾਡੇ ਸਰ ਨੇ ਬਹੁਤ ਹੀ ਸਵਾਲ ਕੀਤਾ ਹੈ ਤੇ ਮੇਰਾ ਵੀ ਇੱਕ ਸਵਾਲ ਹੈ ਪਾਰਟੀ ਬਦਲਣ ਵਾਲੇ ਨੇਤਾਵਾਂ ਦੀ ਅਸੀਂ ਪਛਾਣ ਕਿਵੇਂ ਕਰੀਏ ਪਾਰਟੀ ਬਦਲਣ ਵਾਲੀ ਲੀਡਰਾਂ ਦੀ ਪਛਾਣ ਕਿਤਵੇ ਕਿਤੀ ਜਾਵੇ ਕਿ ਉਹ ਜਿੱਤਣ ਤੋਂ ਬਾਅਦ ਪਾਰਟੀ 'ਚ ਰਹਿਣਗੇ ਜਾਂ ਨਹੀਂ ਰਹਿਣਗੇ ਉਹਨਾਂ ਦੇ ਸਿਧਾਂਤਾਂ ਤੇ ਖਰੇ ਉਤਰਨਗੇ ਜਾਂ ਨਹੀਂ ਉਤਰਨਗੇ ਸਰ ਉਹੀ ਗੱਲ ਮੁੜ ਕੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਚੱਲ ਰਹੀ ਹੈ ਕਿ ਜਿਹੜੇ ਲੀਡਰ ਨੂੰ ਵੋਟ ਪਾ ਕੇ ਆਪਣੇ ਮੰਤਵਾਂ ਨੂੰ ਪੂਰੇ ਕਰਨ ਵਾਸਤੇ ਵਿਧਾਨ ਸਭਾ 'ਚ ਜਾਂ ਲੋਕ ਸਭਾ 'ਚ ਭੇਜਣਗੇ ਉਹ ਕਿਵੇਂ ਜਸਟੀਫਾਈ ਕਰਨ ਕਿ ਉਹ ਲੀਡਰ ਉਹਨਾਂ ਦੀ ਆਵਾਜ਼ ਨੂੰ بلند ਕਰੇਗਾ ਉੱਥੇ ਦੇਖੋ ਤੁਸੀਂ ਪਾਰਟੀ ਚ ਉਹਨੂੰ ਜਿਤਾ ਕੇ ਵੰਦਨ ਭੇਜਦਾ ਹੈ ਕੈਂਡੀਡੇਟ ਨੂੰ ਭੇਜਦਾ ਅਗਰ ਉਹ ਬਾਤ ਤੋਂ ਜਾ ਕੇ ਪਾਰਟੀ ਬਦਲਦਾ ਨਹੀਂ ਕਈ ਵਾਰੀ ਪ੍ਰੀ ਪੋਲ ਅਲਾਈਸ ਹੁੰਦੀ ਹੈ ਬਾਤ ਤੋਂ ਕੋਈ ਨਵੀਂ ਅਲਾਈਸ ਬਣ ਜਾਂਦੀ ਹੈ ਇਹ ਲੋਕਾਂ ਨਾਲ ਹੈ ਤਾਂ ਜਾਤੀ ਹੈ ਠੀਕ ਹੈ ਪਰ ਫਿਰ ਉਹ ਹੀ ਇੱਥੇ ਸਰਕਾਰ ਕੌਣ ਹੈ ਲੋਕ ਹੈ ਇੱਥੇ ਰਾਜੇ ਕੌਣ ਹੈ ਲੋਕ ਜੇ ਉਹਨਾਂ ਲੱਗੇ ਸੜਾ ਧੋਖਾ ਹੋਇਆ ਅਗਲੀ ਨਿਸ਼ਮਕ ਸਾਹ ਜੇ ਲੱਗੇ ਨਹੀਂ ਇਹ ਬੰਦਾ ਸਾਡੇ ਕਾਪੀ ਸਟ ਹੋਇਆ ਇਹ ਵੀ ਲੋਕਾਂ ਹੁੰਦੇ ਨੇ ਇਹ ਸਾਡੇ ਫਾਇਦੇ ਨਹੀਂ ਸਟ ਹੋਇਆ ਜਾਂ ਇਹ ਇਹ ਸ਼ਾਇਦ ਕਈ ਵਾਰੀ ਪਾਰਟੀ ਆਈਡਿਓਲੋਜੀ ਬਦਲ ਲੈਂਦੀ ਪਾਰਟੀ ਮੌਕੇ ਤੇ ਸਟੈਂਡ ਬਦਲ ਲੈਂਦੀ ਹੈ ਤੇ ਲੀਡਰ ਦਾ ਆਪਣੀ ਕੰਸਟਿਟਿਊਐਂਸੀ ਬਣਾਣਾ ਮੁਸ਼ਕਲ ਹੋ ਜਾਂਦਾ ਜੇ ਲੋਕਾਂ ਨੂੰ ਲੱਗੇ ਇਹਲਾ ਹਾਤਾ ਤੇ ਲੋਕ ਨੂੰ ਜਗਾ ਬੈ ਨਹੀਂ ਨਹੀਂ ਤਾਂ ਵੱਤੋਂ 5 ਸਾਲ ਹੀ ਹੈ ਰਾਈ ਚਲੋ ਲੋਕਾਂ ਨੇ ਤੱਕਾ ਕਿੰਨਾ ਨਜਾਇਜ਼ ਕੀਤੀ ਗਲਤ ਕੀਤਾ 5 ਸਾਲ ਬਾਹਰ ਹੋ ਜਾਗਾ ਤੇ ਇੱਕ ਵਾਰੀ ਬਵਾਚਾ ਵੱਲ ਤੋਂ ਦੁਬਾਰਾ ਵਾਪਸ ਨਹੀਂ ਆਉਂਦਾ ਇੰਨੀ ਲੰਬੀ ਲਾਈਨ ਲੱਗੀ ਰਹੀ ਇਹ ਗੱਲ ਬਿਲਕੁਲ ਸਹੀ ਹੈ ਤੇ ਬਲਕ ਦੇ ਵਿੱਚ ਜਿਹੜੇ ਲੋਕ ਨੇ ਜੇ ਆਪਾਂ ਲੋਕ ਸਭਾ ਤੋਂ ਉਹਨਾਂ ਦੀ ਗੱਲ ਕਰੀਏ ਸਰ ਤੇ ਇੱਕ ਜਿਹੜਾ ਐਮਪੀ ਚੁਣ ਕੇ ਆਪਣੇ ਕੰਸਟਿਟਿਊਐਂਸੀ ਤੋਂ ਜਾਂਦਾ ਹੈ ਘੱਟੋ ਘੱਟ 4 ਲੱਖ 5 ਲੱਖ ਵੋਟਾਂ ਦੇ ਨਾਲ ਜਿੱਤ ਕੇ ਹੋ ਜਾਂਦਾ 4 ਲੱਖ 5 ਲੱਖ ਵੋਟ ਲੈ ਕੇ ਜਾਂਦਾ ਹੈ 4-5 ਲੱਖ ਲੋਕਾਂ ਦੀ ਭਾਵਨਾਵਾਂ ਨਾਲ ਇੱਕ ਮਨ ਇੱਕ ਆਤਮਾ ਇੱਕ ਦਿਮਾਗ ਖੜ ਜਾਂਦੀ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ 5 ਲੱਖ ਲੋਕਾਂ ਦੀ ਮਤ ਇੱਕ ਹੋ ਸਕਦੀ ਹੈ ਦੇਖੋ ਇਹ ਤਾਂ ਉਹਨੇ ਆਪਣੀ ਕੰਸਟਰਕਟਸ ਦੇ ਵਰਕਰਜ਼ ਨਾਲ ਸਲਾਹ ਕੀਤੀ ਹੈ ਲੋਕਾਂ ਨੂੰ ਮਿਲ ਕੇ ਡਿਸਕਸ ਕਰਕੇ ਕੀਤਾ ਕਿ ਆ ਹਾਲਾਤ ਹੈ ਮੈਨੂੰ ਆ ਬਦਲ ਨਹੀਂ ਪੈ ਰਹੀ ਹੈ ਦਨ ਬੈ ਉਹ ਨਾ ਗਲਤ ਨਹੀਂ ਮੰਨਦਾ ਪਰ ਜੇ ਉਹ ਵਰਨੇ ਇਸਾਨਕ ਚੇਂਜ ਹੋ ਜਾਂਦਾ ਤਾਂ ਲੋਕਾਂ ਨੂੰ ਵੀ ਕੰਸਲਟ ਨਹੀਂ ਕਰਦਾ ਆਪਣੇ ਜਿਹੜੇ ਬੰਦੇ ਨਾਲ ਸਾਥ ਦਿੱਤਾ ਉਹਨਾਂ ਨੂੰ ਕਲਸਰ ਨਹੀਂ ਕਰਦਾ ਫਿਰ ਕੁਛ ਕਰ ਹਾਂ ਸਰ ਮੈਂ ਐਂਡ ਦੇ ਵਿੱਚ ਮੈਂ ਚਾਹਾਂਗਾ ਕਿ ਜਿਹੜੇ ਸਾਡੇ ਵੋਟਰਸ ਨੇ ਜੋ ਸਾਨੂੰ ਸੁਣ ਰਹੇ ਨੇ ਤੁਸੀਂ ਉਹਨਾਂ ਨੂੰ ਵੋਟ ਪਾਉਣ ਵਾਸਤੇ ਜਰੂਰ ਅਪੀਲ ਕਰੋ ਕਿਉਂਕਿ ਲੋਕਤੰਤਰ ਦਾ ਮਹਾਪਰਵ ਜਿਹੜਾ ਇੰਡੀਆ ਮਨਾਉਣ ਜਾ ਰਿਹਾ ਹੈ ਤੇ ਲੋਕ ਘਰੋਂ ਨਿਕਲਣ ਵੋਟ ਪਾਉਣ ਆਪਣੇ ਮਤ ਦਾ ਪ੍ਰਯੋਗ ਕਰਨ ਆਪਣੀ ਤਾਕਤ ਦੁਨੀਆ ਨੂੰ ਦਿਖਾਉਣ ਦੇਖੋ ਮੈਂ ਸਿਰ ਵੀ ਕਹਿਣਾ ਚਾਹਾਂਗਾ ਸਾਡੇ ਕੋਈ ਹੱਕ ਹੈ ਅਸੀਂ ਰਾਜੇ ਅਸੀਂ ਸਰਕਾਰ ਚੁਣ ਸਕਦੇ ਹਾਂ ਠੀਕ ਹੈ ਅਸੀਂ ਜਿੰਨੂੰ ਚਾਹੀਏ ਵੋਟ ਪਾਈਏ ਨਾ ਧਰਮ ਦੇਖੀਏ ਨਾ ਜਾਤ ਦੇਖੀਏ ਨਾ ਕੁਛ ਹੋਰ ਦੇਖੀਏ ਅਸੀਂ ਦੇਖੀਏ ਕੌਣ ਸਾਡੇ ਦੇਸ਼ ਦੀ ਬਿਹਤਰੀ ਕਰ ਸਕਦਾ ਹੈ ਕੌਣ ਸਾਡੇ ਇਲਾਕੇ ਦੀ ਬਿਹਤਰੀ ਕਰ ਸਕਦਾ ਹੈ ਕੌਣ ਸਾਡੇ ਪੰਜਾਬ ਦੀ ਬਿਹਤਰੀ ਕਰ ਸਕਦਾ ਹੈ ਠੀਕ ਹੈ ਉਹਨੂੰ ਧਿਆਨ ਚ ਰੱਖ ਕੇ ਸਾਨੂੰ ਵੋਟ ਪਾਣੀ ਚਾਹੀਦੀ ਹੈ ਠੀਕ ਹੈ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੀ ਵੋਟ ਕੀ ਫਰਕ ਪਏਗਾ ਇੱਕ ਇੱਕ ਵੋਟ ਮੈਟਰ ਕਰਦੀ ਹੈ ਜੇ ਤੁਸੀਂ ਆਪਣਾ ਗੁੱਸਾ ਕੱਢਣਾ ਹੈ ਵੋਟ ਪਾ ਜਾਓ ਜੇ ਤੁਹਾਨੂੰ ਲੱਗਾ ਕਿ ਕਿਸੇ ਨੇ ਗਲਤ ਕੀਤਾ ਵੋਟ ਪਾ ਜਾਓ ਜੇ ਤੁਹਾਨੂੰ ਲੱਗਾ ਤੁਹਾਡਾ ਬੰਦਾ ਸਹੀ ਹੈ ਵੋਟ ਪਾ ਜਾਓ ਕਿਉਂਕਿ ਵੋਟ ਹੀ ਜਵਾਬ ਹੈ ਦੇਓ ਜੀ ਤੁਹਾਡੇ ਮਨ ਚ जो पब्लिक है ये सब जानती है पब्लिक है आज अंदर क्या है आज बाहर क्या है अंदर क्या है बाहर क्या है ये सब कुछ पहचान पब्लिक है ये सब जानती है पब्लिक है